ਕੀ ਆ ਜਾਓ ਦੋਵੇਂ ਅੱਗੇ 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 ਮਾਸ਼ਾਅੱਲਾ ਬਿਲਕੁਲ ਤੁਸੀਂ ਕੋ 15 ਸਾਲ ਪਿੱਛੇ ਫੀਲਿੰਗ ਆ ਦੀ 15 ਸਾਲ ਪਿੱਛੇ ਮਹਿਸੂਸ ਕਰੋ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਹ ਦੋ ਥਣ ਨੇ ਬੱਕਰੀ ਦੇ ਤੇ ਬੱਕਰੀ ਬੜੀ ਔਖੀ ਏ ਘਿਓਰਾ ਲੈ ਫੜ ਲਿਆ ਨੇ ਝੁਗੀ ਏ ਉਹਰਾ ਲੈ ਇਹ ਸਟਾਲ ਤੁਸੀਂ ਬਿਲਕੁਲ ਕੰਜਰਾਂ ਦਾ ਇਸਤੇਮਾਲ ਕਰੋ ਹਾਂਜੀ ਇਹ ਵੇਖੋ ਜੀ ਪੋਨੀ ਵੀ ਜੀ ਪੋਨੀ ਵੀ ਪੱਲੂ ਲੈ ਕੇ ਦੇਣ ਲੱਗਾ ਹੈ ਹਾਂਜੀ ਬਿਲਕੁਲ ਪੋਨੀ ਵੀ ਬਾਈ ਜਾਨ ਨੂੰ ਲੈ ਕੇ ਦੇ ਰਿਹਾ ਇਹਦੇ ਵੜਕੇ ਬਾਈ ਜਾਨ ਇਹ ਸਟਾਈਲ ਕਰਦੇ ਹਣ ਤੇ ਹੁਣ ਸਾਡਾ ਵੀ ਗਰੀਬ ਉਹਨਾਂ ਦੇ ਤਾਂ ਸਿਰ ਦੇ ਵਾਲ ਹੀ ਕੋਈ ਨਹੀਂ ਹੁੰਦੇ ਹਨ ਮਾਮਾ ਸੇਰੀ ਗੰਜਾ ਅਸਲਾਮ ਅਲੈਕਮ ਵੈਲਕਮ ਬੈਕ ਆ ਬ੍ਰੈਂਡ ਨਿਊ ਵਲੌਗ जी शुरू करने उम्मीद करने सारे बहन भाई खैर क्रिएट ना होंगे जी मेरा चिट्टा वीर जी अपनी सिस्टर नु ईदी देन गया है हाली तक जी गल डाउट है चे के सुबह आखिरी रोजा है के आज आखिरी रोजा है ए जी तकरीबन राती 10 12 बजे तो बाद पता लगेगा कौन है रुक मैं साहब को हमाम पे तकरीबन 3-4 दफा गया सारा साहब को रश ही है ईद दे करीब जी डीआईजी पंजाब को तो राजा साहब को टाइम लेना हो तो यक बराबर है नहीं थाते वीर नु रात दा टाइम दे देता है ਰਾਤੀ ਤਕਰੀਬਨ ਉਹਨੇ 10-11 ਵਜੇ ਤੇ ਇੱਥੇ ਦੁਕਾਨ ਤੇ ਹੀ ਹੋਣਾ ਹੈ ਫਿਰ ਤੁਹਾਡਾ ਵੀਰ ਜਾਏਗਾ ਚੱਪੋ ਕਟਿੰਗ ਕਰਾਏਗਾ ਕੀ ਬੋਲੇ ਤੂੰ ਨਹੀਂ ਵੀਰ ਜੀ ਅਲਹਮਦੁਲਿਲਾ ਫਿਲਹਾਲ ਆ ਗਿਆ ਜੀ ਸਲੀਮ ਭਾਈ ਕੋਲ ਘਰ ਬਹਿ ਕੇ ਕਾਫੀ ਬੋਰਿੰਗ ਬੋਰਿੰਗ ਮਹਿਸੂਸ ਕਰ ਰਹੇ ਹੈਗੇ ਸੀ ਤੇ ਸਲੀਮ ਭਾਈ ਵੀ ਇੱਥੇ ਇਕੱਲੇ ਬੋਰ ਹੀ ਹੋ ਗਏ ਸੀ ਇੰਜੀ ਇਹ ਮੈਂ ਬਾਈ ਜਾਨ ਕੋ ਆਇਆ ਤੇ ਬਾਈ ਜਾਨ ਤਾਂ ਵੀ ਨਹੀਂ ਹੱਸ ਰਿਹਾ ਕਿ ਪਰੇਸ਼ਾਨ ਹੋ ਗਏ ਹੋ ਨਹੀਂ ਪਰੇਸ਼ਾਨੀ ਕਰਦੇ ਅੱਛਾ ਸਾਡੇ ਵੀਰ ਦਾ ਤੁਸੀਂ ਫੋਨ ਚੈੱਕ ਕਰੋ ਚੈੱਕ ਕਰਾਵੇ ਨਾ ਹੈ ਬਿਲਕੁਲ ਜੀ 11 ਪ੍ਰੋ ਮੈਕਸ ਦੀ ਕਾਪੀ ਲਈ ਸਾਡੇ ਵੀਰ ਨੇ ਮੈਂ ਜੀ ਗੱਲ ਇਹ ਕਿ ਸੁਪਰ ਸਟੋਰ ਵਾਸਤੇ ਜੀ ਕਿਉਂਕਿ ਜੀ ਸੁਬਹ ਹੀ ਦੇ ਬੋਤਲਾਂ ਲੈਣ ਆਇਆ ਸੀ ਸਾਹਮਣੇ ਆਪਣੀ ਹੀਨੋ ਤੁਸੀਂ ਚੈੱਕ ਕਰ ਲਿਓ ਧੁੱਪ ਤੇ ਗਰਮ ਹੋ ਰਹੀ ਏ ਅੱਛਾ ਤੇ ਮੈਂ ਸਲੀਮ ਬਾਈ ਕੋ ਠੰਡਾ ਹੋ ਰਿਹਾ ਸਾਹਿਬ ਜੁਗਨਦੀਨ ਆਇਆ ਸੀ ਇੱਥੇ ਕੌਣ ਜੁਗਨੂ ਨਹੀਂ ਸਾਡਾ ਵੀਰ ਜੀ 3 ਦਿਨ ਹੋ ਗਏ ਆਇਆ ਸਾਨੂੰ ਕੋਈ ਲਿਫਟ ਨਹੀਂ ਕਰਾ ਰਿਹਾ ਇਹ ਬਿਲਕੁਲ ਝੂਠੇ ਪਿਆਰ ਨੇ ਮੁਹੱਬਤ ਹੈ ਸਾਹਿਬ ਜੀ ਹਰ ਵਕਤ ਲਿਫਟ ਕਰਾਉਣ ਨੂੰ ਤਿਆਰ ਰਹਿੰਦੇ ਨੇ ਚੈੱਕ ਕਰ ਸਕਦੇ ਹੋ ਸਲੀਮ ਬਾਈ ਨੇ ਵੀ ਕਟਿੰਗ ਕਰਾਉਣੀ ਹੈ ਪਰ ਸਲੀਮ ਬਾਈ ਨੂੰ ਵੀ ਕੋਈ ਟਾਈਮ ਨਹੀਂ ਲੱਭ ਰਿਹਾ ਸਲੀਮ ਬਾਈ ਖਤ ਕਰਾ ਕੇ ਆ ਗਏ ਤੇ ਕਹਿੰਦੇ ਨੇ ਮੇਰੇ ਕਟਿੰਗ ਦਾ ਟਾਈਮ ਰੱਖੀ ਮਾਮਾ ਇੱਕੇ ਬਾਈ ਤੂੰ ਕਟਿੰਗ ਵੀ ਕਰਾਈ ਆ ਏ ਗਾੜੀ ਸਟਾਰਟ ਕਰ ਸਲੀਮ ਸਾਹਿਬ ਬਾਈ ਮਿਲਤੇ ਹੈ ਰਾਤ ਕੋ ਬ੍ਰੇਕਿੰਗ ਨਿਊਜ਼ ਕੇ ਬਾਅਦ ਠੰਡ ਹੋ ਗਈ ਯਾਰ ਬਾਈ ਠੰਡ ਹੋ ਗਈ ਹੈ ਅਲਹਮਦੁਲਿਲਾ ਸਾਡਾ ਵੀਰ ਜੀ ਆਪਣੀ ਸਿਸਟਮ ਨੂੰ ਇੱਦੀ ਦੇ ਕੇ ਆ ਗਿਆ ਸਾਡਾ ਵੀਰ ਚੈੱਕ ਕਰੋ ਅੱਜ ਤਾਂ ਬਿਲਕੁਲ ਅੱਜ ਵੀ ਇਹਨੇ ਨਾ ਲਿਆ ਜੀ ਰਿਕਾਰਡ ਤੋੜ ਦਿੱਤੇ ਨੇ ਬਿਲਕੁਲ ਅੱਜ ਤਾਂ ਪਪਲਾ ਲੱਗ ਰਿਹਾ ਸਾਡੇ ਵੀਰ ਨੇ ਹਰ ਸ਼ਾਇਨ ਕਲੀਨ ਸ਼ੇਵ ਕਰਾ ਦਿੱਤੀ ਸਾਨੂੰ ਨਾ ਹੀ ਨਹੀਂ ਲੱਭ ਰਿਹਾ ਤੂੰ ਕਿੰਦੇ ਕਲੀਨ ਸ਼ੇਵ ਕਰਾ ਲਈ ਇੱਥੇ ਇੱਕ ਬੰਦਾ ਜਾ ਲੱਗਿਆ ਹੈ ਹਾਂਜੀ ਫ੍ਰੀ ਆਲਾ ਜੀ ਤੇ ਉਹਦੇ ਕੋਲ ਕੋਈ ਦਾਤਰੀਆਂ ਟੋਕ ਕੇ ਆਣ ਤੇ ਉਹ ਲਈ ਜਾਂਦਾ ਸੋਹਣਾ ਹੋ ਗਿਆ ਅਤੇ ਉਹ ਸੁਣ ਤਾਂ ਸਹੀ ਉਹਦੇ ਕੋਲ ਦਾਤਰੀਆਂ ਟੋਕ ਕੇ ਆਣ ਦੇ ਮੈਂ ਕਿਹਾ ਬੜਿਆ ਅੱਜ ਨੂੰ ਇਹ ਕਰੀ ਨਾ ਇਹਦਾ ਜੀ ਰਗੜਾ ਲਾ ਦੇ ਇਹਦਾ ਜੀ ਉਹਨੇ ਖਤ ਕੀਤਾ ਜੀ ਚਾਂਦ ਰਾਤ ਕਟਿੰਗ ਕਰਾਉਂਦੇ ਆ ਲੱਗ ਜਾਣੀ ਏ ਤੇ ਸਾਡੇ ਵੀਰ ਨੇ ਚੂੜੀਆਂ ਪਾਉਣ ਜਾਣਾ ਪਾਉਣੀਆਂ ਚੂੜੀਆਂ ₹765 ਹੋਰ 5000 ਵਾਲਾ ਨੋਟ ਓਏ ਹੋਏ ਠੀਕ ਹੈ ਤੇ 500 ਵਾਲਾ ਨੋਟ ਚੋਰੀ ਵੀ ਕਰ ਲੈਂਦਾ ਹੈ ਚੋਰੀ ਲੁਕਾ ਕੇ ਰੱਖਿਆ ਉਹ ਕੋਣ ਲੈ ਦੇ ਸਾਂ ਚੋੜੀਆਂ ਵੀ ਚੜਵੇ ਸਾਂ ਮਹਿੰਦੀ ਵੀ ਲੈ ਕੇ ਦੇ ਸਾਂ ਓਏ ਹੋਏ ਸਾਨੂੰ ਸਿਰਫ ਇਹਦੇ ਨਾਲ ਚੂੜੀਆਂ ਲੈ ਕੇ ਦੇਣੀਆਂ ਜਿਹਦਾ ਦਿਲ ਕਰੇ ਤਾਂ
खादा नहीं माशाल्लाह बिलकुल 15 साल पिछे फीलिंग आ दी 15 साल पिछे महसूस करो चेक कर सकते हो दो थान ने बकरी दे बकरी बड़ी औखी है बदमाश है वेखी है झटके लगते नी है अलहमदुलिल्लाह जी साडा वीर आ गया कुकू ब्रांड ओहो की हाल है जी साडा यार वेख अज क्या क्लीन शेव करा के लग रहा है क्योंकि एक दू दे बैठा होना बाई जी बाबर बाई नू मशवरा दे रहे भी कल ली दे स्टाल तुसी बिलकुल कंजरा ना इस्तेमाल करो हीरा मंडी दा दलाल बहुत अच्छा लगेगा ਬਾਈ ਦੇ ਬਜ਼ੁਰਗਾਂ ਦੇ ਜੀ ਵਾਲ ਇਸੇ ਗੱਲੋਂ ਨਹੀਂ ਹੈਗੇ ਸੀ ਕਿਉਂਕਿ ਉਹ ਲੈਬੋਏ ਸ਼ੈਂਪੂ ਨਹੀਂ ਯੂਜ਼ ਕਰਦੇ ਹੈਗੇ ਸੀ ਅੱਛਾ ਹਮ ਕੋ ਅਲਹਮਦੁਲਿਲਾ ਸਾਰਿਆਂ ਦੇ ਹਾਨ ਤੇ ਲਿਆਜ਼ਾ ਤਾਂ ਸਾਡੇ ਵੀ ਹੈ ਮੜਕਿਆਂ ਦੇ ਚਿਹਰੇ ਤੇ ਵਾਲ ਕੋਈ ਨਾ ਹੁੰਦਾ ਤੇ ਮੁਰ ਸਾਡਾ ਵੀ ਕੋਈ ਤੇਰੇ ਤੇ ਵੜਕਾ ਕੋਈ ਫਿਰਿਆ ਹੀ ਕੋਈ ਨਹੀਂ ਤੇਰੇ ਤੇ ਕੋਈ ਹੁਣ ਐਵੇਂ ਆ ਗਿਆ ਝੂੜ ਬੋਲ ਰਿਹਾ ਯਾਰ ਬਾਬਰ ਨੂੰ ਜੀ ਖਤ ਕਰਾਉਣ ਦਾ ਬੜਾ ਸ਼ੌਂਕ ਹੈ ਪਰ ਭਾਈ ਜਾਨ ਨੂੰ ਅਜੇ ਤੱਕ ਵਾਲ ਨਹੀਂ ਆਏ ਹੁਣ ਬੇਇੱਜ਼ਤੀ ਮਹਿਸੂਸ ਕਰ ਰਿਹਾ ਯਾਰ ਮੈਂ ਇਹਦੀ ਤੇ ਤੂੰ ਬੜਾ ਮੁੱਛਿਆ ਹੈ ਯਾਰ ਕੋਈ ਨਹੀਂ ਤੂੰ ਤਾਂ ਵੈਸੇ ਹੀ ਬੇਇੱਜ਼ਤੀ ਪ੍ਰੂਫ ਹੈ शख्सियत साडा यार बगैरत इस तरीके रावन गले ने भाई जान ने भाई जान पानी भर के आ गए ने क्योंकि जी रोजे का टाइम हो गया भाई जान का रोजा नहीं है क्या है अच्छा ये सब क्या देखना पड़ रहा है माशाल्लाह आज यार ना आपने यार नु खत कराने दा बड़ा शौक है टोपी मैं उंदे सामने लेके आ तू है मैं देखो जी टोपी पर लड़दा पे है हर पास एक दी कुर्सी दा रोला थवाला टोपी दा रोला सारा टोपी दा आजी जी ई ते किसे रोना पिटना नहीं शुरू कीता नहीं ते टिकटॉक ते ई दा आ गई मेरा यार नहीं आया साडे यार ता जी साडे कोल ही रहे ने मैनूं लगदा है इसकी मैनूं लग रिया है इसकी सारेयां दी कोल रहे ने जी ओ नहा लाल नहीं पाई है भाई जान जेड़े ने इन्हां दा यार जी नाले च गोते खा रहा है।